ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਦੀਵਾਲੀ ਵਾਲੇ ਦਿਨ ਗੁਰਦਾਸਪੁਰ ਦੇ ਪਿੰਡ ਚੇਚੀਆਂ ਚੌੜੀਆਂ ਵਿੱਚ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਵਾਪਸ ਆ ਰਹੇ ਇੱਕ ਫੌਜੀ ਜਵਾਨ ਹਕੀਕਤ ਸਿੰਘ ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨ ਗੋਲੀਆਂ ਮਾਰੀਆਂ ਸਨ, ਜਿਸ ਨੂੰ ਲੈ ਕੇ ਜ਼ਖਮੀ ਫੌਜੀ ਦਾ ਪਠਾਨਕੋਟ ਦੇ ਆਰਮੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਧਰ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਵਾਰਦਾਤ ਵਿੱਚ ਵਰਤਿਆ ਪਿਸਟਲ ਵੀ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਦੋਸ਼ੀਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਦੋਸ਼ੀਆਂ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਲਾਂਸਰ ਵਾਸੀ ਕੋਟਲੀ ਸੈਣੀਆਂ, ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਗੁਨੋਪੁਰ, ਸਚਪ੍ਰੀਤ ਸਿੰਘ ਉਰਫ ਜੱਸੀ ਵਾਸੀ ਗੁਨੋਪੁਰ ਵਜੋਂ ਹੋਈ ਹੈ। ਇਹ ਤਰੀਕ 27/10/19 ਨੂੰ ਕਰੀਬ 12:15 ਦਾ ਟਾਈਮ ਹੋਊਗਾ। ਇੱਕ ਹਕੀਕਤ ਸਿੰਘ ਫੌਜੀ ਜੋ ਕਿ ਆਪਣੀ ਭੈਣ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਚੇਤਾ ਆ ਰਿਹਾ ਸੀਗਾ ਅਤੇ ਰਾਹ ਦੇ ਵਿੱਚ ਚੇਚੀਆਂ ਛੋੜੀਆਂ ਤੋਂ ਗੁੱਲੀ ਲੜਾ ਦੇ ਵਿਚਕਾਰ ਤਿੰਨ ਨੌਜਵਾਨ ਜੋ ਕਿ ਮੋਪੜ 'ਤੇ ਸਵਾਰ ਸੀ ਉਹਨਾਂ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ ਇਹਨਾਂ ਤੋਂ ਖੋਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਜਿਹੜਾ ਹਕੀਕਤ ਸਿੰਘ ਆ ਫੌਜੀ ਉਹਨੇ ਆਪਣਾ ਪਰਸ ਕੱਢ ਕੇ ਇਹਨੂੰ ਦੇ ਦਿੱਤਾ। ਪਰ ਜਦੋਂ ਉਹਨਾਂ ਨੇ ਉਹਦੀ ਵਾਈਫ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਥੋੜ੍ਹੀ ਜਿਹੀ ਦਲੇਰੀ ਦਿਖਾਈ ਤਾਂ ਉਹਨਾਂ ਨੇ ਪਿਸਤੌਲ ਨੂੰ ਜੱਫਾ ਪਾ ਲਿਆ ਹਕੀਕਤ ਸਿੰਘ ਨੇ ਅਤੇ ਜਿਹੜਾ ਉਹਦਾ ਦੂਸਰਾ ਸਾਥੀ ਸੀਗਾ ਉਸਨੇ ਉਹਦੇ ਤੋਂ ਪਿਸਤੌਲ ਖੋਹ ਕੇ ਅਤੇ ਹਕੀਕਤ 'ਤੇ ਗੋਲੀਆਂ ਚਲਾ ਦਿੱਤੀਆਂ ਜਿਹੜੀਆਂ ਕਿ ਤਿੰਨ ਗੋਲੀਆਂ ਉਹਦੇ ਪੇਟ ਦੋ ਪੇਟ 'ਚ, ਇੱਕ ਸੀਨੇ 'ਚ ਅਤੇ ਇੱਕ ਉਹਦੀ ਅੰਗੂਠੇ 'ਤੇ ਲੱਗੀ। ਚਾਰ ਗੋਲੀਆਂ ਲੱਗੀਆਂ। ਇਹਦਾ ਹਾਲੇ ਨਹੀਂ ਪਤਾ ਲੱਗਾ, ਲਾਇਸੈਂਸ ਵੀ ਨਹੀਂ ਸੀਗਾ ਵੈਸੇ। ਇਹਨਾਂ ਨੇ ਕੀਤੇ ਆ ਜੀ ਪਹਿਲਾਂ ਵੀ ਵਾਰਦਾਤਾਂ ਕੀਤੀਆਂ ਵਾ ਇਹਦੇ, ਇੱਕ ਤਾਂ ਤਿੰਨ ਮੁਕੱਦਮੇ ਦਰਜ ਨੇ ਜਿਹੜਾ ਕੁਲਵਿੰਦਰ ਸਿੰਘ ਆ, ਗੁਰਪ੍ਰੀਤ ਸਿੰਘ 'ਤੇ ਇੱਕ ਹੈ ਅਤੇ ਸਚਪ੍ਰੀਤ 'ਤੇ ਇੱਕ ਮੁਕੱਦਮਾ ਦਰਜ। ਇਹ ਜੀ ਆਪਾਂ ਉਸ ਤੋਂ ਬਾਅਦ ਜਦੋਂ ਵਾਰਦਾਤ ਹੋਈ ਹੈ ਅਤੇ ਇੱਕਦਮ ਹਰਕਤ 'ਚ ਆਈ ਜਦੋਂ ਪੁਲਿਸ ਅਤੇ ਚਾਰ ਔਫਿਸਰ ਦੀ ਟੀਮ ਗਠਿਤ ਕੀਤੀ ਗਈ, ਜਿਹਦੇ ਵਿੱਚ ਡੀ ਐੱਸ ਪੀ ਵਿਪਿਨ ਕੁਮਾਰ ਕੰਟਰੋਲ ਰੂਮ, ਡੀ ਐੱਸ ਪੀ ਆਪਣੇ ਸੀਗੇ ਸੁਖਪਾਲ ਸਿੰਘ ਸਿਟੀ, ਐੱਸ ਐੱਚ ਓ ਕੁਲਵਿੰਦਰ ਸਿੰਘ ਅਤੇ ਸੀ ਆਈ ਇੰਚਾਰਜ ਕਮਲ ਕਿਸ਼ੋਰ ਜਿਹੜੇ ਸੀਗੇ ਕਪਿਲ ਕਿਸ਼ੋਰ। ਇਹ ਸੀ ਸੀ ਟੀ ਵੀ ਦੀ ਸਾਇੰਟੀਫਿਕ ਇਨਵੈਸਟੀਗੇਸ਼ਨ ਕੀਤੀ ਹੈ, ਉਹਦੇ ਵਿੱਚ ਸਾਰੇ ਹੀ ਆਉਂਦਾ ਹੈ, ਸੀ ਸੀ ਟੀ ਵੀ ਸਭ ਫੁਟੇਜ ਵਗੈਰਾ ਜਿਹਨੂੰ ਲੈ ਕੇ ਫਿਰ ਕੀਤਾ ਗਿਆ ਜੀ। ਇਹਨਾਂ ਨੂੰ 28 ਤਰੀਕ ਨੂੰ ਸਵੇਰੇ ਨਾਕਾ ਲਾਇਆ ਗਿਆ ਸੀਗਾ ਦਾਊਵਾਲ ਤੁਸੀ 'ਤੇ, ਅਤੇ ਉੱਥੇ ਇਹ ਆਪਣੀ ਮੋਪੜ 'ਤੇ ਆ ਰਹੇ ਸੀ ਜਿੱਥੋਂ ਉਹਨਾਂ ਨੂੰ ਕਾਬੂ ਕਰ ਲਿਆ ਤਿੰਨਾਂ ਨੂੰ। ਫੌਜੀ ਦੀ ਹਾਲਤ ਥੋੜ੍ਹੀ ਸਥਿਰ ਹੈ ਅਤੇ ਹਾਲੇ ਗੋਲੀਆਂ ਉਹਦੇ ਅੰਦਰ ਹੀ ਨੇ, ਇਲਾਜ ਚੱਲ ਰਿਹਾ। ਇਹ ਹੈਗੀ ਜੀ ਸਾਡੀ 27 ਤਰੀਕ ਦਿਵਾਲੀ ਵਾਲੇ ਦਿਨ ਦੀ। ਪਠਾਨਕੋਟ ਦੇ ਆਰਮੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਫੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗੱਲਬਾਤ ਇਹ ਹੈ ਕਿ ਮੁੰਡਾ ਆਪਣੀ ਸਿਸਟਰ ਕੋਲ ਗਿਆ 26 ਤਰੀਕ ਔਰ 27 ਤਰੀਕ ਉਹ ਉੱਥੋਂ ਵਾਪਸ ਆ ਰਿਹਾ, 11:30 ਵਜੇ ਜਿਹੜਾ ਉਹਨੂੰ ਘੇਰ ਲਿਆ ਗਿਆ ਉੱਥੇ, ਉਹਦਾ ਪਰਸ ਜਿਹੜਾ ਉਹ ਲੈ ਲਿਆ, ਜਿਹੜੇ ਲਾੜੀ ਦੇ ਪਰਸ ਨੂੰ ਪੇਨ ਹੈ ਅਤੇ ਫਿਰ ਇਹਦਾ ਘੋਲ ਭਲੂੰਗਾ ਹੋ ਗਿਆ। ਫਿਰ ਉਹਨਾਂ ਫਾਇਰ ਕੀਤਾ, 4 ਗੋਲੀਆਂ ਇਹਦੇ 'ਤੇ ਫਾਇਰ ਕੀਤਾ, 1 ਲਾੜੀ 'ਤੇ ਕੀਤਾ, ਲਾੜੀ ਦੇ ਗੋਲੀ ਲੱਗੀ ਨਹੀਂ ਅਤੇ ਬਾਕੀ ਫਿਰ ਉਹ 4 ਲੱਗੀਆਂ ਮੁੰਡੇ ਦੇ, 5ਵੀਂ ਲੱਗੀ ਲਾੜੀ ਦੇ ਮਾਰੀ ਉਹਨਾਂ ਦੇ, ਲਾੜੀ ਨੀਂਦੀ ਹੋ ਗਈ ਅਤੇ ਉਹ ਅਸੀਂ ਤਾਂ ਇਹੋ ਜਾਣਦੇ ਹਾਂ ਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਨਾਮ ਏਕਤਾ ਮਨਾਸ ਹੈ। ਕਿਆ ਬਾਤ ਹੈ ਜੀ? ਮੇਰੇ ਪਾਪਾ ਆਰਮੀ ਮੈਂ 11 ਡੋਗਰਾ ਮੈਂ ਹੈ, ਹਵਾਲਦਾਰ ਹਕੀਕਤ ਸਿੰਘ। ਹਮ ਦੀਵਾਲੀ ਵਾਲੇ ਦਿਨ ਬੂਜੀ ਕੇ ਘਰ ਸੇ ਵਾਪਿਸ ਆ ਰਹੇ ਥੇ ਤੋ ਹਮ ਪਹਿਲੇ ਥ੍ਰੀ ਆਦਮੀ ਥੇ ਵੋ ਨਾ ਬਾਈਕ ਪੇ ਆਏ, ਵੋ ਆਗੇ ਬਿਆਮਪੁਰ ਸੇ ਪਿੱਛੇ ਕੋ ਗਏ, ਫਿਰ ਪਿੱਛੇ ਸੇ ਵਾਪਿਸ ਆਏ ਔਰ ਉਹਨਾਂ ਨੇ ਹਮੇਂ ਬਹਾਨਾ ਲਗਾਇਆ ਕਿ ਆਪ ਪਿੱਛੇ ਕਿਸ ਕੋ ਸਾਈਡ ਲਗਾ ਕੇ ਆਏ ਹੋ, ਤੋ ਹਮਨੇ ਬੋਲਾ, ਹਮਨੇ ਬਾਈਕ ਰੋਕੀ, ਹਮਨੇ ਬੋਲਾ ਕਿ ਹਮਨੇ ਕਿਸੀ ਕੋ ਸਾਈਡ ਨਹੀਂ ਮਾਰੀ, ਹਮਨੇ ਵੋ ਲੰਬਾ ਸਾ ਆਦਮੀ ਥਾ ਉਸਨੇ ਬੋਲਾ ਕਿ ਆਪ ਗੋਲੀ ਨਿਕਾਲੋ, ਗੋਲੀ ਨਿਕਾਲੋ। ਤੋ ਪਾਪਾ ਨੇ ਬੋਲਾ ਕਿ ਆਪਕੋ ਜਿੱਤੇ ਪੈਸੇ ਚਾਹੀਏ ਆਪ ਮੇਰੇ ਸੇ ਲੈ ਲੋ, ਪਾਪਾ ਨੇ ਜਿਤਨੇ ਵੀ ਪੈਸੇ ਥੇ ਵੋ ਦੇ ਦੀਏ। ਫਿਰ ਵੋ ਆਦਮੀ ਪਾਪਾ ਮੰਮਾ ਕੇ ਪਰਸ ਕੇ ਸਾਥ ਲਗਾ ਔਰ ਪਾਪਾ ਨੇ ਬੋਲਾ ਕਿ ਪਾਪਾ ਨੇ ਬੋਲਾ ਕਿ ਹਮਨੇ ਆਪਕੋ ਪੈਸੇ ਦੇ ਦੀਏ, ਅਬ ਕਿਆ ਲੈ ਰਹੇ ਹੋ। ਤੋ ਪਾਪਾ ਨੇ ਉਹਨਾਂ ਨੇ ਨਾ ਜ਼ਬਰਦਸਤੀ ਮੰਮਾ ਕਾ ਪਰਸ ਪਕੜਨੇ ਲੱਗੇ, ਤੋ ਮੰਮਾ ਨੇ ਦੀਆ ਨਹੀਂ। ਫਿਰ ਉਹਨਾਂ ਨੇ 3 ਗੋਲੀਆਂ ਲਗਾਈ ਔਰ ਵਾਪਿਸ ਭਾਗ ਗਏ ਔਰ ਕੁਛ ਹੀ ਦੇਰ ਮੈਂ ਇੱਕ ਦੋ ਆਦਮੀ ਆਏ ਬਾਈਕ ਪੇ, ਉਸਮੇ ਸੇ ਉਨਮੇਂ ਇੱਕ ਆਦਮੀ ਕੋ ਨੀਚੇ ਉਤਾਰਾ ਔਰ ਪਾਪਾ ਕੋ ਲੈ ਗਏ ਵਹਾਂ ਸੇ। ਫਿਰ ਧੀਰੇ ਧੀਰੇ ਹੋਸਪਿਟਲ ਲੈ ਗਏ,
उधर थोड़ी सी आगे जाके पेट्रोल पंप में ना वो तेल भरवा रहे थे ना, तो सीसीटीवी फुटेज में उनकी फोटो आ गई थी, तो बाद में पुलिस ने उधर जाके वो फोटोज देख ली। मम्मा ने भी पहचान लिया था और हमने भी पहचान लिया था सब ने। गुरदासपुर तो सुखबीर सिंह दी रिपोर्ट। नवीं ते ताजा खबर सब तो पहला वेखन लई साडा यूट्यूब चैनल सबसक्राइब करो। सांझ टीवी ते सिर्फ खबरां जानन दे लई नहीं, सभ्याचारक प्रोग्राम, खास मुलाकात विच सोशल इशू, पॉलिटिकल इशू, इन्हां सारे इशूज नूं जानन दे लई सबसक्राइब करो अपना यूट्यूब चैनल सांझ टीवी।